ਤਿਆਰ ਬਰ ਤਿਆਰ ਤੇ ਅੱਜ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਜੀ ਮਾਤਾ ਸਾਹਿਬ ਦੇਵਾ ਜੀ ਸਥਾਨ ਤੇ। ਮਾਤਾ ਸਾਹਿਬ ਦੇਵਾ ਜੀ ਦਾ ਤਪ ਸਥਾਨ ਹਜੂਰ ਸਾਹਿਬ ਤੋਂ 15 ਕਿਲੋਮੀਟਰ ਦੂਰ ਹੈ ਜੀ, ਤੇ ਉੱਥੇ ਚੱਲਦੇ ਹਾਂ ਅੱਜ ਮਾਤਾ ਨੂੰ ਦਰਸ਼ਨ ਮੇਲੇ ਕਰਕੇ ਆਉਂਦੇ ਹਾਂ ਮਾਤਾ ਜੀ ਦੇ, ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਤੇ ਨਾਲ ਵਿੱਚ ਕੋਈ ਹੋਰ ਇਤਿਹਾਸਿਕ ਗੁਰਦੁਆਰੇ ਜਿਹੜੇ ਆਣਗੇ ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਆਪਾਂ ਅੱਜ ਜਾਵਾਂਗੇ ਬਾਈਕ 'ਤੇ, ਆਪਣੀ ਲਾਡੋ ਚੱਕਾਂਗੇ। 2 ਦਿਨ ਹੋ ਗਏ ਅਸੀਂ ਬਾਈਕ ਨੂੰ ਹੱਥ ਨਹੀਂ ਲਾਇਆ ਹੈ ਨਾ, ਅਤੇ ਅੱਜ ਬਾਈਕ ਚੱਕ ਕੇ ਫਿਰ ਚੱਲਦੇ ਹਾਂ ਪਹਿਲੇ ਸੱਚਖੰਡ ਗੁਰਪਿਆਰ ਸਿੰਘ ਨੂੰ ਮਿਲ ਕੇ, ਅਤੇ ਉੱਥੇ ਸ਼ਰਦਾਈਆਂ ਦੇ ਲੰਗਰ ਜਿਹੜੇ ਲੱਗੇ ਹੋਏ ਆ ਉਹ ਆਪਾਂ ਛੱਕ ਕੇ ਫਿਰ ਆਪਾਂ ਮਾਤਾ ਸਾਹਿਬ ਦੇਵਾ ਜੀ ਵੱਲ ਚਾਲੇ ਪਾਉਂਦੇ ਹਾਂ ਅਤੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਫਿਰ ਚੱਲਦੇ ਹਾਂ ਆਪਾਂ। ਤਾਲੇ ਬੋਲੇ ਲਾਈਏ, ਲਾਓ ਤਾਲਾ ਖਾਲਸਾ ਜੀ, ਤੁਰੀਏ ਆਪਾਂ ਹੁਣ ਹੱਲੇ ਨਾਲ ਹੀ ਚੱਲੀਏ ਲਿਫਟ ਵੱਲ। ਅੱਜ ਲਾਡੋ ਰਾਣੀ ਸਾਡੀ ਤਿਆਰ ਹੋ ਗਈ ਫਿਰ ਦੁਬਾਰਾ, ਅਤੇ ਬਸ ਅਸੀਂ ਨਾ ਕੱਲ੍ਹ ਨੂੰ ਚਾਲੇ ਵੀ ਪਾ ਦੇਣੇ ਆ। ਅੱਜ ਤੁਹਾਨੂੰ ਸਾਰੇ ਦਰਸ਼ਨ ਮੇਲੇ ਕਰਾ ਕੇ ਮਾਤਾ ਜੀ ਦੇ ਚੱਲ ਕੇ, ਅਤੇ ਅੱਜ ਮੁਹੱਲੇ ਦੇ ਦਰਸ਼ਨ ਵੀ ਕਰਾਉਣੇ ਤੁਹਾਨੂੰ। ਠੀਕ ਹੈ ਜੀ, ਮੁਹੱਲੇ ਦੇ ਦਰਸ਼ਨ ਕਰਾ ਕੇ ਫਿਰ ਆਪਾਂ ਕੱਲ੍ਹ ਨੂੰ ਚਾਲੇ ਪਾਉਣੇ ਆ ਦਿੱਲੀ ਵੱਲ। ਹਾਂਜੀ ਕਰੋ ਦਰਸ਼ਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆ। ਮੇਲੇ ਕਰੇ ਆਏ ਹਾਂ, ਦੇਗਾ ਪਾਣੀ ਛੱਕ ਲਿਆ, ਮਹਾਰਾਜ ਕੇ ਵੀ ਦਰਸ਼ਨ ਕਰ ਲਏ ਆ, ਅਤੇ ਹੁਣ ਚੱਲਦੇ ਹਾਂ ਅਸੀਂ ਮਾਤਾ ਜੀ ਦੇ ਮਾਲ ਟੇਕਰੀ ਸਾਹਿਬ ਪਹੁੰਚ ਗਏ ਹਾਂ ਜੀ ਆਪਾਂ, ਅਤੇ ਚੱਲਦੇ ਹਾਂ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਪਹਿਲੇ ਜੋੜੇ ਲਾ ਦੀਏ ਇੱਥੇ ਜੀ ਗੁਰਦੁਆਰਾ ਮਾਲ ਟੇਕਰੀ ਸਾਹਿਬ ਜੀ। ਹੁਣ ਗੁਰਦੁਆਰਾ ਮਾਲ ਟੇਕਰੀ ਸਾਹਿਬ, ਗੁਰਦੁਆਰਾ ਮਾਲ ਟੇਕਰੀ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਵੀ ਚਰਨ ਛੋਹ ਪ੍ਰਾਪਤ ਸਥਾਨ ਹੈ, ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਇਸ ਸਥਾਨ 'ਤੇ ਆਏ ਅਤੇ ਸੰਗਤਾਂ ਨੂੰ ਦਰਸ਼ਨ ਦਿੱਤੇ। ਇਹ ਉਹ ਸਥਾਨ ਹੈ ਜੀ ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੇ ਫੌਜਾਂ ਨਾਲ ਸੀਗੀਆਂ, ਸੇਵਕ ਨਾਲ ਸੀਗੇ, ਉਹਨਾਂ ਨੂੰ ਢਾਲਾਂ ਭਰ ਭਰ ਕੇ ਜਿਹੜੇ ਕਿ ਹੈ ਖਜ਼ਾਨੇ ਵਰਤਾਏ ਗਏ। ਇਸ ਲਈ ਇਸ ਗੁਰਦੁਆਰੇ ਦਾ ਨਾਮ ਮਾਲ ਟੇਕਰੀ ਸਾਹਿਬ ਹੈ, ਅਤੇ ਅਸੀਂ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ। ਅਵੇ ਯਾਰ ਹੁਣ ਸਾਨੂੰ ਮਿਲ ਗਿਆ ਫਾਟਕ, ਅਸੀਂ ਮਾਲ ਟੇਕਰੀ ਸਾਹਿਬ ਤੋਂ ਨਿਕਲੇ ਤੇ ਹੁਣ ਫਾਟਕ ਪਤਾ ਨਹੀਂ ਹੁਣ ਕਿੰਨੀ ਦੇਰ ਥੱਲੋਂ ਨਿਕਾਲ ਲਓ ਬਾਈਕ। ਨਹੀਂ ਯਾਰ ਪਾਗਲ ਨਿਕਲ ਜਾਣੀ ਆ, ਨਹੀਂ ਹਟਾਲ ਖੁੱਲ ਗਿਆ ਫਾਟਕ ਜੀ ਸਾਡਾ 5 ਮਿੰਟ ਬਾਅਦ ਹੀ। ਚਲੋ ਹੁਣ ਚੱਲਦੇ ਹਾਂ, ਮਾਲ ਗੱਡੀ ਆਈ ਸੀ ਉਹਦਾ ਵੇਟ ਹੋ ਰਿਹਾ ਸੀਗਾ। ਮੈਂ ਹੁਣ ਪਹੁੰਚ ਗਿਆ ਜੀ ਗੁਰਦੁਆਰਾ ਹੀਰਾਘਾਟ ਸਾਹਿਬ, ਅਤੇ ਹੁਣ ਹੀਰਾਘਾਟ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ, ਅਤੇ ਨਾਲ ਹੀ ਨਾਲ ਇੱਥੇ ਦਾ ਇਤਿਹਾਸ ਜਾਣੂ ਕਰਾਵਾਂਗੇ ਜੀ। ਕਰਾਵਾਂਗੇ ਹੁਣ ਇੱਥੇ ਦਾ ਇਤਿਹਾਸ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਦੋਂ ਬਹਾਦਰ ਸ਼ਾਹ ਮਿਲਣ ਆਇਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਟਾਂ ਵੱਧੋਂ ਇੱਕ ਹੀਰਾ ਭੇਟ ਕੀਤਾ, ਅਤੇ ਉਹ ਹੀਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਿੱਛੇ ਗੋਦਾਵਰੀ ਵਿੱਚ ਸੁੱਟਤਾ, ਅਤੇ ਬਹਾਦਰ ਸ਼ਾਹ ਬਹੁਤ ਹੈਰਾਨ ਹੋਇਆ ਹੈ ਨਾ ਕਿ ਬਈ ਇਹ ਹੀਰਾ ਮਹਾਰਾਜ ਨੂੰ ਮੈਂ ਦਿੱਤਾ ਅਤੇ ਮਹਾਰਾਜ ਨੇ ਸੁੱਟਤਾ। ਮਹਾਰਾਜ ਫਿਰ ਜਾਣੀ ਜਾਣ ਸੀਗੇ ਅਤੇ ਉਹਨਾਂ ਦੀ ਪਰੇਸ਼ਾਨੀ ਸਮਝ ਗਏ, ਅੰਦਰ ਦੀ ਗੱਲਾਂ ਸਮਝ ਗਏ, ਅਤੇ ਮਹਾਰਾਜ ਨੇ ਕਿਹਾ ਤੂੰ ਗੋਦਾਵਰੀ ਵਿੱਚ ਨਿਗਾਹ ਮਾਰ। ਅਤੇ ਜਦੋਂ ਉਹਨੇ ਬਹਾਦਰ ਸ਼ਾਹ ਨੇ ਗੋਦਾਵਰੀ ਵਿੱਚ ਨਿਗਾਹ ਮਾਰੀ ਅਤੇ ਉੱਥੇ ਬਹਾਦਰ ਸ਼ਾਹ ਨੇ ਜਿਹੜਾ ਹੀਰਾ ਦਿੱਤਾ ਸੀ ਉਸ ਤੋਂ ਵੀ ਵਾਹ ਵਾਹ ਹੋਰ ਕਮਾਲ ਦੇ ਹੀਰੇ ਜਿਹੜੇ ਗੋਦਾਵਰੀ ਦੇ ਅੰਦਰ ਵਾਹ ਵਾਹ ਪਏ ਹੋਏ, ਮਹਾਰਾਜ ਦੀ ਕਿਰਪਾ, ਉਹਦੇ ਦਰਸ਼ਨ ਹੋਏ ਅਤੇ ਉਹਦਾ ਹੰਕਾਰ ਟੁੱਟਿਆ।
ਤੇ ਅਸੀਂ ਚੱਲਦੇ ਹਾਂ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰੇ ਸਾਹਿਬ ਦੇ ਅੰਦਰੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋ ਜੀ ਦਰਸ਼ਨ ਮਹਾਰਾਜ ਕੇ ਆ ਦਰਬਾਰ ਦਸਮ ਦਰਬਾਰ ਸ੍ਰੀ ਸਰਬਲੋ ਮਹਾਰਾਜ ਕੇ ਦਰਸ਼ਨ ਦੀਦਾਰੇ ਕਰੋ ਜੀ। ਗਜ ਗਜ ਕਰ ਜਾਵੇ ਨਿਹਾਲ ਹੋ ਜਾਵੇ ਝੂਲਦੇ ਨਿਸ਼ਾਨਾ ਨੂੰ ਭਾਵੇ ਸਤਿ ਸ੍ਰੀ ਅਕਾਲ। ਹੁਣ ਤੁਹਾਨੂੰ ਕਰਾਉਂਦੇ ਹਾਂ ਅਸੀਂ ਪਿੱਛੇ ਗੋਦਾਵਰੀ ਦੇ ਦਰਸ਼ਨ। ਇੱਥੋਂ ਜਿਹੜੀ ਗੋਦਾਵਰੀ ਬਿਲਕੁਲ ਗੁਰਦੁਆਰੇ ਦੇ ਬੈਕ ਸਾਈਡ 'ਤੇ ਹੀ ਗੋਦਾਵਰੀ ਹੈ। ਆ ਕਰੋ ਜੀ ਦਰਸ਼ਨ ਗੰਗਾ ਗੋਦਾਵਰੀ ਜੀ ਕੇ। ਗਜ ਗਜ ਕਰ ਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਚਲੀਏ ਬਾਬਾ ਜੀ। ਹੋਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਚੜ੍ਹਦੀ ਕਲਾ ਬਾਬਾ ਜੀ। ਕਿੰਨੀ ਕੁ ਦੂਰ ਰਹਿ ਗਿਆ ਹੁਣ? ਕਿਹੜਾ ਪੜਾ ਆਏਗਾ ਪਹਿਲੇ? ਮਾਤਾ ਸਾਹਿਬ ਗੁਰਦੁਆਰਾ ਸਿੱਧਾ। ਠੀਕ ਹੈ, ਇੱਧਰ ਚੱਲਦੇ ਹਾਂ ਦਰਸ਼ਨ ਮੇਲੇ ਕਰਦੇ ਹਾਂ ਜੀ ਬਾਈਕ ਚੱਕ ਕੇ ਆਪਣੀ। ਸਾਡੇ ਬੁੱਢੇ ਦਲ ਦੀਆਂ ਪੁਰਾਤਨ ਫੌਜਾਂ ਬਾਬਾ ਲਾਦੇਨ ਤੇ ਬਾਬਾ ਜੀ ਤੁਹਾਡਾ ਬੋਪਾ ਰਾਏ ਜੀ ਬਾਬਾ ਜੀ ਤੇ ਅਸੀਂ ਪਹੁੰਚ ਗਏ ਹਾਂ ਮਾਤਾ ਸਾਹਿਬ ਦੇਵਾ ਜੀ ਕੋਲ ਆਪਣੀ ਮਾਤਾ ਕੋਲ ਤੇ ਹੁਣ ਚੱਲਦੇ ਹਾਂ ਪਹਿਲੇ ਦਰਸ਼ਨ ਮੇਲੇ ਕਰਾਉਂਦੇ ਹਾਂ ਆਪ ਜੀ ਨੂੰ ਮਾਤਾ ਜੀ ਦੇ। ਠੀਕ ਹੈ ਜੀ, ਆ ਜਾਓ ਆ ਜਾਓ। ਅਕਾਲ ਧੰਨ ਧੰਨ ਮਾਤਾ ਸਾਹਿਬ ਦੇਵਾ ਜੀ। ਅਕਾਲ ਸਤਿਯੁਗੀ ਤਪਸਥਾਨ ਧੰਨ ਧੰਨ ਮਾਤਾ ਸਾਹਿਬ ਦੇਵਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਗੱਜ ਕੇ ਕਰ ਜਾਵੇ ਨਿਹਾਲ ਹੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ। ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਗਜ ਕਰ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਸਾਹਿਬ ਦੇਵਾ ਜੀ ਨੂੰ ਭਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਆਪ ਜੀ ਨੂੰ ਮੈਂ ਦਰਸ਼ਨ ਕਰਾ ਰਿਹਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸਥਾਨ 'ਤੇ ਮਾਤਾ ਸਾਹਿਬ ਦੇਵਾ ਜੀ ਕੋਲ ਸੰਗਤਾਂ ਸਮੇਤ ਲੰਗਰ ਛਕਣ ਆਉਂਦੇ ਸੀਗੇ ਤਾਂ ਕੁਛ ਸਮਾਂ ਜਿਹੜਾ ਮਹਾਰਾਜ ਇੱਥੇ ਵਿਸ਼ਰਾਮ ਕਰਦੇ ਸੀਗੇ। ਆਹ ਜਿਹੜੇ ਸਥਾਨ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਜੀ, ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਜੀ ਦੀ ਅੰਗੀਠੇ ਸਾਹਿਬ ਦੇ ਜਿਨ੍ਹਾਂ ਦੇ ਆਪਾਂ ਮਿੱਠੀ ਯਾਦ ਵਿੱਚ ਜਿਹੜਾ ਹਜ਼ੂਰ ਸਾਹਿਬ ਸ਼ਰਧਾਈਆਂ ਦੇ ਲੰਗਰ ਲਾਏ ਆ ਫੌਜਾਂ ਵੱਲੋਂ। ਧੰਨ ਧੰਨ ਬਾਬਾ ਮਿੱਤ ਸਿੰਘ ਜੀ ਦਾ। ਹੁਣ ਦਰਸ਼ਨ ਕਰੋ ਜੀ ਆਪ ਜੀ ਪੁਰਾਤਨ ਬੌਲੀ ਦੇ। ਇਹ ਬੌਲੀ ਸਾਹਿਬ 'ਚੋਂ ਜੀ ਜਿਹੜਾ ਜਲ ਵਰਤਿਆ ਜਾਂਦਾ ਸੀ ਵਿਵੇਕ ਦੇ ਲੰਗਰਾਂ ਵਾਸਤੇ। ਕਰੋ ਦਰਸ਼ਨ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਅਕਾਲ ਚੱਲਦੇ ਹਾਂ ਜੀ ਦਰਬਾਰ 'ਚ ਦਰਸ਼ਨ ਕਰਦੇ ਹਾਂ। ਗੱਜ ਗਜ ਕਰ ਜਾਵੇ ਨਿਹਾਲ ਹੋ ਜਾਵੇ ਝੂਲਦੇ ਨਿਸ਼ਾਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ। ਅਕਾਲ ਹੀ ਅਕਾਲ ਹੈ। ਅੱਜ ਕਈ ਕਾਲੇ ਜਾਵੇ ਨਿਹਾਲ ਹੋ ਜਾਵੇ ਫਤਿਹ ਭਾਵੇ ਸਤਿ ਸ੍ਰੀ ਅਕਾਲ। ਅਕਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਦਸਮ ਦਰਬਾਰ ਸਾਹਿਬ ਮਹਾਰਾਜ, ਧੰਨ ਸਰਲੋ ਦਰਬਾਰ ਸਾਹਿਬ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਜੀ, ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਪੁਰਾਤਨ ਸ਼ਸਤਰਾਂ ਦੇ। ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਉਹਨਾਂ ਦੇ ਸ਼ਸਤਰ, ਮਹਾਰਾਜ ਕੇ ਸ਼ਸਤਰ। ਕਰੋ ਦਰਸ਼ਨ ਜੀ, ਸਾਰੇ ਪੁਰਾਤਨ ਸ਼ਸਤਰ ਨੇ ਜੀ। ਆਹ ਖੰਡਾ ਹੈਗਾ ਜੀ, ਖੰਡਾ ਆਹ ਟੁੱਟਿਆ ਪਿਆ ਜੀ, ਖੰਡਾ ਜੰਗ ਵਿੱਚ ਟੁੱਟ ਗਿਆ ਹੋਣਾ ਜੀ। ਕਟਾਰਾ ਹੁਣ ਆ ਗਏ ਜੀ ਅਸੀਂ ਅਸਤਬਲ ਵੱਲ, ਤੇ ਹੁਣ ਤੁਹਾਨੂੰ ਕਰਾਵਾਂਗੇ ਘੋੜਿਆਂ ਦੇ ਦਰਸ਼ਨ। ਕਿੱਥੇ ਬਾਬਾ ਜੀ? ਆ ਬਾਬਾ ਜੀ ਲੰਗੂਰ ਪਾਲੇ ਆ, ਐਵੇਂ ਹੀ ਆ। ਉਹ ਬਾਈ ਲੰਗੂਰ ਚੈੱਕ ਕਰੋ ਕਿੰਨੇ ਆ, ਪੂਰੇ ਪੇੜ ਤੇ ਲੰਗੂਰ ਹੀ ਲੰਗੂਰ ਆ। ਅਕਾਲ, ਉਹ ਛਾਲਾ ਮਾਰਦੇ ਇੱਧਰ ਉੱਧਰ। ਬਾਬਾ ਜੀ ਸਾਨੂੰ ਹੁਣ ਘੋੜਿਆਂ ਨਾਲ ਮਿਲਵਾਉਣਗੇ ਦਰਸ਼ਨ ਕਰਾ। ਤੂੰ ਹੀ ਘੋੜਾ ਇੱਥੇ ਲਿਆਏ ਬਾਬਾ ਜੀ? ਉਹ ਬੋਰਡਰ ਤੇ ਵੀ ਸੀ ਬਾਬਾ ਜੀ। ਅੱਛਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਬਾਬਿਆਂ ਦਾ ਬੜਾ ਪਿਆਰ ਹੈ, ਬਾਬਿਆਂ ਦਾ ਬੜਾ। ਆਪਾਂ ਵੀ ਦਰਸ਼ਨ ਕਰਕੇ ਆਉਂਦੇ ਹਾਂ। ਬਾਬਾ ਜੀ ਨਾਲ ਬਹੁਤ ਪਿਆਰ ਹੈ ਤੁਸੀਂ ਨਾਲ, ਆਪਾਂ ਹੋਰ ਨੇੜੇ ਦਿਖਾਉਂਦੇ ਆ ਤੁਹਾਨੂੰ। ਹਾਂ ਦੇਖੋ, ਨੇੜੇ ਰੱਖਿਓ। ਅਕਾਲ, ਕਿਆ ਬਾਤ ਹੈ ਬਾਬਾ ਜੀ, ਚੜ੍ਹਦੀ ਕਲਾ। ਬਾਬਾ ਹਿਰਨ ਵੀ ਸੀਗਾ, ਹਿਰਨ ਕਿੱਥੇ ਗਿਆ? ਹਿਰਨ ਆਪਣੇ ਇੱਧਰ ਉੱਧਰ ਛੱਡੇ ਹੋਣੇ ਬਾਗ 'ਚ। ਅੱਛਾ, ਬਾਗ 'ਚ ਛੱਡੇ ਹੋਏ ਆ, ਫਿਰ ਫੜ ਲੈਂਦੇ ਆ ਆਪਾਂ। ਆ ਜਾਂਦੇ ਨੇ। ਅੱਛਾ, ਆਪ ਹੀ ਆ ਜਾਂਦੇ ਆ, ਇੱਥੇ ਹਿਰਨ ਵੀ ਪਾਲੇ ਹੋਏ ਆ। 10-12 ਨੇ, 10-12 ਹੀਰਨ ਹੈਗੇ ਆ ਇੱਥੇ। ਮਾਤਾ ਸਹਿ ਦੇਵਾ ਜੀ ਬਣਾ ਦੇ, ਬਾਰ ਦਿਖਾਓ ਸੰਗਤ ਨੂੰ। ਮੋਰ ਆ ਜਾਂਦੇ ਆ, ਮੋਰ ਵੀ ਇੱਥੇ ਬੈਠੇ ਹੋਏ। ਵਾਹ ਜੀ ਵਾਹ, ਖਰਗੋਸ਼ ਵੀ ਹੈ, ਮੋਰ ਵੀ ਹੈ, ਸਾਰੇ ਇੱਥੇ ਜਿਹੜੇ ਪਕਸ਼ੀ ਜਾਨਵਰ ਹੈਗੇ ਆ, ਕੱਛੂ ਮੱਛੀਆਂ। ਅੱਛਾ, ਵਧੀਆ ਬਾਬਾ ਜੀ, ਵਧੀਆ। ਆਪਾਂ ਦਿਖਾਉਂਦੇ ਆ ਤੁਹਾਨੂੰ ਹੋਰ ਵੀ ਅੱਛੀ ਅੱਛੀ ਚੀਜ਼ਾਂ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਲੋ ਦੇਖੋ ਜੀ, ਘੋੜਿਆਂ ਤੋਂ ਬਾਅਦ ਹੁਣ ਇਹਨਾਂ ਦਾ ਨੰਬਰ ਆਉਂਦਾ ਜੀ, ਖਰਗੋਸ਼ ਦਾ। ਕਿੰਨੇ ਕਿਊਟ ਕਿਊਟ ਹੈ ਉਹ, ਚੜ੍ਹ ਗਏ ਉੱਪਰ ਸਾਰੇ, ਜਿਵੇਂ ਖਾਣ ਨੂੰ ਇਹਨਾਂ ਨੂੰ ਚਾਹੀਦਾ ਹੈ ਨਾ, ਭੁੱਖ ਲੱਗੀ ਇਹਨਾਂ ਨੂੰ, ਮੈਨੂੰ ਲੱਗਦਾ। ਕਿੰਨੇ ਕਿਊਟ ਕਿਊਟ ਹੈ ਯਾਰ, ਛੋਟੇ ਛੋਟੇ ਵਾਈਟ ਵਾਈਟ ਜੇ। ਹਾਂ ਉਹ ਤਾਂ ਬੜੀਆ ਬਾਬਾ ਜੀ, ਕਹਿਮ ਹੈ ਉਹ ਵਾਲਾ, ਉਹਦੇ ਕਿੰਨਾ ਉੱਚਾ ਉੱਚੀ। ਆਹ ਦੇਖ, ਆਹ ਦੇਖੋ ਮੇਰੇ ਕੋਲ ਕੀ ਹੈ, ਆਹ ਦੇਖੋ ਬਾਹਰ ਆ ਗਿਆ, ਬਾਹਰ ਆ ਗਿਆ। ਕਾਲੂ, ਲੋ ਜੀ ਨਿਕਲ ਚੁੱਕੇ ਹਾਂ। ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਨਿਕਲ ਚੁੱਕੇ ਹਾਂ ਜੀ ਹੁਣ ਆਪਾਂ, ਅਤੇ ਰਸਤੇ 'ਚ ਆਏਗਾ ਗੁਰਦੁਆਰਾ ਸ਼ਿਕਾਰ ਘਾਟ, ਅਤੇ ਆਪਾਂ ਉਸਦੇ ਦਰਸ਼ਨ ਕਰਾਂਗੇ। ਠੀਕ ਹੈ ਜੀ, ਹੱਲੇ ਨਾਲ ਹੀ ਚੱਲੀ। ਚਲੋ ਜੀ, ਹੁਣ ਮੈਂ ਤੁਹਾਨੂੰ ਦਰਸ਼ਨ ਕਰਾਉਂਦਾ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਦੇ। ਅਤੇ ਆਹ ਗੁਰਦੁਆਰਾ ਜਿਹੜਾ ਹੈ ਪਹਾੜੀ 'ਤੇ ਬਣਿਆ ਹੋਇਆ, ਅਤੇ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਇੱਥੇ ਦਾ ਇਤਿਹਾਸ ਜਿਹੜਾ ਹੈ ਉਹ ਵੀ ਤੁਹਾਨੂੰ ਸਰਵਣ ਕਰਦੇ ਹਾਂ ਹੁਣੇ ਅੰਦਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਰੋ ਦਰਸ਼ਨ ਮਹਾਰਾਜ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਦਸਮ ਦਰਬਾਰ ਸਾਹਿਬ ਮਹਾਰਾਜ, ਧੰਨ ਸਰਬਲੋ ਦਰਬਾਰ ਸਾਹਿਬ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਆ ਗਏ ਸੀ ਹੁਣ ਦਰਬਾਰ 'ਚੋਂ ਬਾਹਰ ਅਤੇ ਦਰਸ਼ਨ ਮੇਲੇ ਕਰਕੇ, ਅਤੇ ਹੁਣ ਆ ਗਏ ਅਸੀਂ ਸਰੋਵਰ ਵਾਲੇ ਪਾਸੇ। ਇੱਥੇ ਸਰੋਵਰ ਵੀ ਹੈਗਾ ਅਤੇ ਅਸੀਂ ਕਿਹਾ ਪੰਜ ਇਸ਼ਨਾਨਾ ਅਸੀਂ ਇੱਥੇ ਕਰ ਲਈਏ। ਅਤੇ ਇਸ ਗੁਰਦੁਆਰੇ ਦਾ ਇਤਿਹਾਸ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਇੱਕ ਖਰਗੋਸ਼ ਦਾ ਸ਼ਿਕਾਰ ਕੀਤਾ ਸੀਗਾ। ਖਰਗੋਸ਼ ਇੱਕ ਜੂਨੀ ਭੋਗ ਰਿਹਾ ਸੀਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਟਾਈਮ 'ਤੇ ਮੁੱਲਾ ਖੱਤਰੀ, ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੰਮ ਛੱਡ ਕੇ ਅਤੇ ਆਪਣੇ ਘਰ ਚਲੇ ਗਿਆ ਸੀਗਾ, ਫਿਰ ਘਰ ਉੱਥੇ ਮਾਇਆ ਦਾ ਮੋਹ ਜਿਹੜਾ ਉਹਨੂੰ ਪੈ ਗਿਆ ਅਤੇ ਉਹ ਫਿਰ ਘਰ ਹੀ ਰਹਿ ਗਿਆ। ਅਤੇ ਇੱਥੇ ਉਸ ਮੁੱਲੇ ਖੱਤਰੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਨੇ ਉਧਾਰ ਕੀਤਾ ਖਰਗੋਸ਼ ਦਾ ਸ਼ਿਕਾਰ ਕਰਕੇ, ਜਿਸ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਏ ਆ। ਹੁਣ ਹੱਲੇ ਨਾਲ ਹੀ ਨਾ ਆਪਾਂ ਸਿੱਧਾ ਸੱਚਖੰਡ ਪਹੁੰਚਦੇ ਹਾਂ ਜੀ, ਠੀਕ ਹੈ ਜੀ। ਅਤੇ ਸੱਚਖੰਡ ਹੀ ਚੱਲੀਏ ਬਾਬਾ ਜੀ ਹੱਲੇ ਨਾਲ, ਹੁਣ ਹੈ ਨਾ, ਹੁਣ ਉੱਥੇ ਦਾ ਅੱਗੇ ਦਾ ਪ੍ਰੋਗਰਾਮ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਇੱਥੇ ਹੀ ਦੱਸ ਦਿੰਦਾ ਵਾਂ, ਅਤੇ ਤੁਸੀਂ ਬਣੇ ਵੀ ਰਹੋਗੇ ਆਪਣੇ ਨਾਲ, ਹੈ ਨਾ ਬਈ। ਹੁਣ ਆਪਾਂ ਚੱਲਦੇ ਹਾਂ ਹਜ਼ੂਰ ਸਾਹਿਬ ਸੱਚਖੰਡ ਵਿੱਚ, ਠੀਕ ਹੈ ਜੀ। ਅਤੇ ਉੱਥੇ ਅੱਜ ਜਿਹੜਾ ਮਹੱਲਾ ਕੱਢਿਆ ਜਾਏਗਾ, ਹਜ਼ੂਰ ਸਾਹਿਬ ਤੋਂ ਮਹੱਲਾ ਆਰੰਭ ਹੋਣਾ, ਅਤੇ ਅਸੀਂ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਦਿਵਾਲੀ ਤੋਂ ਅਗਲੇ ਦਿਨ ਜਿਹੜਾ ਮਹੱਲਾ ਕੱਢਿਆ ਜਾਣਾ ਅੱਜ ਨਿਸ਼ਾਨਾ ਦੇ ਨਾਲ, ਅਤੇ ਅਸੀਂ ਤੁਹਾਨੂੰ ਸਾਰੇ ਮਹੱਲੇ ਦੇ ਦਰਸ਼ਨ ਕਰਾਵਾਂਗੇ, ਠੀਕ ਹੈ ਜੀ। ਚੱਲਦੇ ਹਾਂ ਹੁਣ, ਹੱਲੇ ਨਾਲ ਹੀ ਚੱਲੀਏ, ਰੁਕਣਾ ਨਹੀਂ ਬਿਲਕੁਲ ਵੀ ਆਪਾਂ। ਹੋਇਆ ਅਤੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹੁਣ ਗੁਰਦੁਆਰਾ ਮਹਾਂਕਾਲ ਸਿੰਘ ਸ਼ਹੀਦ ਗੰਜ, ਆਪਾਂ ਬਿਲਕੁਲ ਸੱਚਖੰਡ ਦੇ ਇੱਕ ਨੰਬਰ ਗੇਟ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿੱਚ ਗੁਰਦੁਆਰਾ ਪੈਂਦਾ ਮਹਾਂਕਾਲ ਸਿੰਘ ਦਾ, ਅਤੇ ਉੱਥੇ ਚੱਲਦੇ ਹਾਂ ਦਰਸ਼ਨ ਮੇਲੇ ਕਰਾਉਂਦੇ ਆਪਾਂ। ਗੁਰਦੁਆਰਾ ਮਹਾਂਕਾਲ ਸਿੰਘ ਸ਼ਹੀਦ ਗੰਜ ਸਾਹਿਬ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਅੰਦਰ ਦੇ ਚੱਲ ਕੇ। ਗੁਰਦੁਆਰਾ ਮਹਾਂਕਾਲ ਸਿੰਘ ਸ਼ਹੀਦ ਗੰਜ, ਲਓ ਜੀ 11:30 ਹੋ ਚੁੱਕੇ ਆ ਅਤੇ ਅਸੀਂ ਪਹੁੰਚ ਗਏ ਹਾਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਚੱਲਦੇ ਹਾਂ ਫਿਰ ਹੁਣ ਅੰਦਰ, ਤੋਂ ਆਪਾਂ ਹੁਣ ਨਾ ਸੇਵਾ ਕਰਾਵਾਂਗੇ ਛਬੀਲਾਂ 'ਤੇ, ਆਪਾਂ ਠੰਡੀਆਂ ਸ਼ਰਦਾਈਆਂ 'ਤੇ ਲਗਾਵਾਂਗੇ ਥੋੜ੍ਹਾ ਜਿਹਾ ਸਮਾਂ, ਠੀਕ ਹੈ ਜੀ। ਸੇਵਾ ਕਰਾਂਗੇ, ਤੁਹਾਨੂੰ ਹੁਣ ਮਿਲਾਂਗੇ ਥੋੜ੍ਹੀ ਦੇਰ ਬਾਅਦ। ਥੋੜ੍ਹੀ ਦੇਰ ਬਾਅਦ ਮਤਲਬ ਕਿੱਦਾਂ ਕਿ ਜਦੋਂ ਮੱਲਾ ਆਰੰਭ ਹੋਏਗਾ, ਉਸ ਤੋਂ ਪਹਿਲਾਂ ਤਾਂ ਜਿਹੜੀ ਤੁਹਾਨੂੰ ਵੀਡੀਓ 'ਚ ਆਪਾਂ ਦਿਖਾਵਾਂਗੇ ਉਹ ਸਾਰਾ ਕੁਛ ਸ਼ੂਟ ਕਰਨ ਵਾਸਤੇ ਚੱਲਦੇ ਹਾਂ। ਹਾਲੇ ਥੋੜ੍ਹਾ ਆਰਾਮ ਕਰਕੇ ਫਿਰ ਮਿਲਦੇ ਹਾਂ। ਪਰ
ਲਓ ਜੀ ਮਜ਼ਾ ਆਰੰਭ ਹੋ ਗਿਆ ਜੀ। बाबा अनमोल सिंह जी दे महाराज का घोड़ा गद्दी का घोड़ा महाराज का करो दर्शन जी। आ दर्शन करो जी घोड़े गद्दी दे घोड़े कालू। अनगढ़ जी घोड़ा जी वाहेगुरु जी का खालसा जी। करो जी दर्शन पंजाब बैंक। Thank you.
ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਜੀ। ਤੋਪਾਂ ਤਿਆਰ ਹੋ ਗਈਆਂ ਜੀ। ਅਕਾਲ ਕਾਂ ਫੈਕ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਸਾਰੇ ਦਿੱਲੀ ਦੀਆਂ ਫੌਜਾਂ ਸਤਿ ਅਕਾਲ। ਕਾਲੀ ਅਕਾਲ ਨਾਨਕ ਸਿੰਘ ਜੀ ਚੜ੍ਹ ਜਾਓ। ਵਾਹ ਜੀ ਵਾਹ, ਵਾਹ ਜੀ ਵਾਹ, ਸਤਿ ਸ੍ਰੀ ਅਕਾਲ। ਆ ਕਰੋ ਜੀ ਦਰਸ਼ਨ, ਅਸੀਂ ਹੋ ਗਏ ਹਾਂ ਹੱਲੇ ਚੌਕ 'ਤੇ ਆ ਗਏ ਹਾਂ ਅਤੇ ਹੱਲੇ ਚੌਕ ਦੇ ਉੱਪਰ ਬੰਬਾਜੀ ਹੋ ਰਹੀ ਹੈ, ਬਹੁਤ ਤਕੜੀ ਖਤਰਨਾਕ ਵਾਲੀ ਬੰਬਾਜੀ ਹੋ ਰਹੀ ਹੈ। ਮੋਟੇ ਮੋਟੇ ਬੰਬ ਫੋੜੇ ਜਾ ਰਹੇ ਆ ਹੱਲਾ ਚੌਕ ਦੇ, ਅਤੇ ਫੌਜਾਂ ਤਿਆਰ ਸਾਰੀਆਂ ਇੱਥੇ ਆ ਚੁੱਕੀਆਂ ਨੇ। ਔਰ ਇੱਥੋਂ ਹੱਲਾ ਛੱਡਿਆ ਜਾਏਗਾ ਅਤੇ ਉਹ ਸਾਹਮਣੇ ਜਿੱਥੇ ਅਨਾਰ ਚੱਲ ਰਿਹਾ ਉੱਥੇ ਤੱਕ ਜਾਏਗਾ। ਆਪਣੀ ਦਿੱਲੀ ਦੀ ਫੌਜਾਂ ਇੱਥੇ ਖੜੀਆਂ ਹੋਈਆਂ, ਪਹਿਲੇ ਹੀ ਤਿਆਰ ਬਾਅਦ ਤਿਆਰ ਲਓ ਜੀ, ਫੌਜਾਂ ਆ ਚੁੱਕੀਆਂ ਨੇ ਹੱਲੇ ਚੌਕ 'ਤੇ ਅਤੇ ਅਸੀਂ ਥੋੜ੍ਹਾ ਜਿਹਾ ਉੱਚੀ ਉੱਠ ਗਏ। ਹੈਲੋ ਹੈਪੀ ਸਿੰਘ ਆਤੇ ਲਾਨੇ ਜੀ, ਅਤੇ ਅਸੀਂ ਨਾ ਥੋੜ੍ਹਾ ਜਿਹਾ ਉੱਚੀ ਜਗ੍ਹਾ 'ਤੇ ਖੜ੍ਹੇ ਹੋ ਗਏ ਹਾਂ ਅਤੇ ਮੈਂ ਚਾਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੱਲਾ ਨਿਕਲਦਾ ਉਹ ਦਿਖਾ ਸਕਾਂ। ਅਤੇ ਆਹ ਫੌਜਾਂ ਸਾਰੀਆਂ ਸੰਗਤਾਂ ਆ ਚੁੱਕੀਆਂ ਨੇ ਅਤੇ ਹੁਣ ਅਰਦਾਸ ਹੋਏਗੀ, ਅਰਦਾਸ ਤੋਂ ਬਾਅਦ ਹੱਲਾ ਬੋਲੀ। ਆਪ ਜੀ ਦਾ ਸਾਜਿਆ ਨਿਵਾਜਿਆ ਸਰਬੱਤਰ ਪੰਥ ਖਾਲਸਾ, ਦੀਪਮਾਲਾ ਦੇ ਮਹੱਲੇ ਦਾ ਹੱਲਾ ਖੇਡਣ ਲਈ ਚੜ੍ਹਦਾ ਬੋਲ ਰਿਹਾ ਹੈ। ਖਾਲਸੇ ਪੰਥ ਦੀ ਹਰ ਮੈਦਾਨ ਜੋ ਅੜੇ ਜੋ ਸ਼ਰਨ ਬਰੇ ਸੋ ਤਰੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾਂ ਜੀ। ਹੱਲਾ ਆਪਾਂ ਛੱਡ ਲਿਆ ਜੀ ਅਤੇ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ। ਲਓ ਜੀ ਮਹੱਲਾ ਪਹੁੰਚ ਗਿਆ ਜੀ ਬੌਲੀ ਦਮਦਮਾ ਸਾਹਿਬ, ਅਤੇ ਇੱਥੇ ਮਹੱਲਾ ਜਿਹੜਾ ਥੋੜ੍ਹੀ ਦੇਰ ਵਿਸ਼ਰਾਮ ਕਰੇਗਾ, ਲੰਗਰ ਪਾਣੀ ਛਕੇਗਾ ਜੀ। ਅਤੇ ਇੱਥੋਂ ਫਿਰ ਮਹੱਲਾ ਲੰਗਰ ਪਾਣੀ ਛੱਕ ਕੇ ਫਿਰ ਅੱਗੇ ਨੂੰ ਤੋਰਾ ਪਾਊਗਾ ਜੀ ਫਿਰ, ਅਤੇ 10:30 ਵਜੇ ਤੱਕ ਹਜ਼ੂਰ ਸਾਹਿਬ ਦੇ ਅੰਦਰ ਫਿਰ ਦੁਬਾਰਾ ਮੋੜ ਜਿਹੜਾ ਮਹੱਲਾ ਐਂਟਰੀ ਕਰੇਗਾ ਜੀ।
महाराज का घोड़ा। हेलो जी, करो निशाना दे दर्शन। फिर आरंभ हो गया जी। आप हूँ चाले वाले वापसी सचखंड वाल जा रहे हैं, तो उत्थे जो महल है वो राती पहुँचेगा। आ जाओ परचा लियाओ तुम। अकाल मिलते हूँ तुम सचखंड पहुँच के। ये नारे गंदा में गाने करे
अपने कमरे च ते भाई हुण सुते पए आ ते कोई ना आराम करन दी थक गए है ना ते अपनी भी थकान ते बहुत ज़्यादा हो गई है सवेर दे उठे हुए हैं है ना सवेरे पहले माता साहिबदेव जी दे पड़ा ते गए दर्शन वेले करके आए फिर उहदे बाद महला जिहड़ा अज चढ़ना सीगा दिवाली का वह करके आपां हुण पहुंचे हैं रूम च ते बहुत ज़्यादा थके पए हैं तुहानू कितना दे ब्लॉग लग रहे हैं जरूर दस देना हमेशा दी तरह मिलते हैं फिर तुम नैक्सट वीडियो में अज की वीडियो कि लगी जरूर दसना लाइक शेयर कमेंट जरूर करना ओके फिर वाहेगुरू जी का खालसा वाहेगुरू जी की फतेह।